दोस्तों थोड़ा बहुत बहुत स्वागत है गिल्स मेंटर ई लर्निंग प्लेटफॉर्म पर। असी एस एस बोर्ड दियाँ हज़ारा भर्तियां दे विच फॉर्म भरिया, पर हुण साडा टाइम आ गया कि आखरी भर्तियां दे पेपर कदों होने हैं ते रिजल्ट कदों आना है। ये बड़ा वड्डा सवाल है। इन्हां दी पूरी जानकारी लैके मैं तुहाडे विच हाजिर हाँ ते पूरी जानकारी तुहाडे नाल सांझ पाई जाएगी कि इन्हां दा पेपर कदों होना है। चार और बल्कि चार भर्तियां दा नहीं बल्कि पंज भर्तियां दा टाइम टेबल जारी कर दिता गया है। ਕਿਹੜਾ ਦਿਨ ਕਿਹੜੀ ਵਾਰ ਕਿਹੜੀ ਭਰਤੀ ਦਾ ਪੇਪਰ ਹੋਣਾ ਹੈ ਤੁਸੀਂ ਪਲੀਜ਼ ਖਿੱਚ ਲਓ ਤਿਆਰੀ। ਸਾਡੇ ਕੋਲੇ ਕਰਨਾ ਜਾਂ ਮਰਨਾ, ਕਰੋ ਜਾਂ ਮਰੋ, ਡੂ ਐਂਡ ਡਾਈ ਦਾ ਟਾਈਮ ਆਹੀ ਹੈ। ਸੋ ਦੈਟ ਪੂਰੀ ਜਾਣਕਾਰੀ ਲੈ ਕੇ ਤੁਹਾਡੇ ਤੱਕ ਹਾਜ਼ਰ ਹਾਂ। ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਤੁਸੀਂ ਸਭ ਲੋਕ ਘਰ ਬੈਠੇ ਗਿਲਸ ਮੈਂਟਰ ਪਲੇਟਫਾਰਮ ਤੋਂ ਹੱਸ ਕੇ ਰੱਜ ਕੇ ਅਤੇ ਅੱਗੇ ਵਧਣ ਦੀ ਤਿਆਰੀ ਕਰ ਰਹੇ ਹੋ। ਅਸੀਂ ਪੰਜਾਬ ਪੁਲਿਸ ਦੀ ਬਿਲਕੁਲ ਫ੍ਰੀ ਪ੍ਰਿਪਰੇਸ਼ਨ ਕਰਾ ਰਹੇ ਹਾਂ। ਤੁਸੀਂ ਜਿੰਨੇ ਵੀ ਦੂਰ ਦਰਾਜ ਤੱਕ ਬੈਠੇ ਹੋ, ਭੈਣ ਭਰਾ ਸਾਰੇ ਜੁੜ ਜਾਣ, ਕਿਸੇ ਤੋਂ ਕੋਈ ਪੈਸਾ ਭਾਈ ਨਹੀਂ ਲਿਆ ਜਾ ਰਿਹਾ। ਇਹਦੇ ਨਾਲ ਬਹੁਤ ਸਾਰੇ ਹੋਰ ਵੀ ਪੇਪਰਾਂ ਦੀ ਤਿਆਰੀ ਦੇ ਲਈ ਤੁਹਾਨੂੰ ਬਹੁਤ ਸਾਰੀਆਂ ਲਾਈਵ ਕਲਾਸਾਂ ਦਿੱਤੀਆਂ ਜਾ ਰਹੀਆਂ, ਤਾਂ ਪਲੀਜ਼ ਸਭ ਤੋਂ ਜ਼ਿਆਦਾ ਗ੍ਰੈਬ ਕਰੋ, ਮੌਕਾ ਉਠਾਓ, ਫਾਇਦਾ ਉਠਾਓ ਅਤੇ ਆਪਣੀ ਤਿਆਰੀ ਕਰੋ। ਘਰ ਬੈਠਿਆਂ ਕਿਤੇ ਵੀ ਜਾਣ ਦੀ ਲੋੜ ਨਹੀਂ ਹੈ। ਚੱਲਦੇ ਹਾਂ ਆਫੀਸ਼ੀਅਲ ਨੋਟੀਫਿਕੇਸ਼ਨ 'ਤੇ, ਵੇਖਾਂਗੇ ਵਧੇਰੀ ਜਾਣਕਾਰੀ ਕੀ ਹੈ। ਤਾਂ ਤੁਸੀਂ ਇਸ ਸੈਸ਼ਨ ਨੂੰ ਸ਼ੇਅਰ ਕਰ ਦਿਓ ਤਾਂ ਕਿ ਇਸ ਵਜ੍ਹਾ ਨਾਲ ਸ਼ੇਅਰ ਕਰਿਓ ਕਿ ਤੁਹਾਡੀ ਵਜ੍ਹਾ ਦੇ ਨਾਲ ਕਿਸੇ ਨਾ ਕਿਸੇ ਤੱਕ ਪੂਰੀ ਜਾਣਕਾਰੀ ਪਹੁੰਚਣੀ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਵੱਖ ਵੱਖ ਇਸ਼ਤਿਹਾਰਾਂ ਰਾਹੀਂ ਕਲਰਕ, ਲੀਗਲ, ਸਕੂਲ ਲਾਇਬ੍ਰੇਰੀਅਨ, ਮੱਛੀ ਪਾਲਣ ਅਫਸਰ ਅਤੇ ਤਕਨੀਕੀ ਸਹਾਇਕ, ਜੋ ਸਾਨੂੰ ਪਤਾ ਵੇਅਰ ਹਾਊਸਿੰਗ ਕਾਰਪੋਰੇਸ਼ਨ ਡਿਪਾਰਟਮੈਂਟ ਦੇ ਵਿੱਚ ਪਸਾਮੀਆਂ ਕੱਢੀਆਂ ਗਈਆਂ ਸੀ, ਪਰ ਕਲੈਰੀਕਲ ਮਿਸਟੇਕ ਦੇ ਨਾਲ ਪਟਵਾਰੀ ਦੀ ਜਾਣਕਾਰੀ ਨਹੀਂ ਦਿੱਤੀ ਹੈ। ਆਈ ਥਿੰਕ ਮੈਨੂੰ ਲੱਗਦਾ ਕਿ ਉਹ ਵੀ ਜਾਣਕਾਰੀ ਸ਼ਾਇਦ 25-26 ਤਰੀਕ ਤੱਕ ਆ ਜਾਏਗੀ। ਇਹਨਾਂ ਅਸਾਮੀਆਂ ਲਈ ਜੋ ਸਫਲਤਾਪੂਰਕ ਬਿਨੈ ਕਰਨ ਵਾਲੇ, ਜੋ ਲਗਭਗ ਬਿਨੈ ਕਾਰਨ ਸੂਚਿਤ ਕੀਤਾ ਜਾਂਦਾ ਹੈ ਕਿ ਅਸਾਮੀਆਂ ਲਈ ਲਿਖਤੀ ਪ੍ਰੀਖਿਆ ਅਤੇ ਲਿਖਤੀ ਜੁਲਾਈ ਅਤੇ ਅਗਸਤ ਵਿੱਚ ਲਈ ਜਾਣੀ ਹੈ। ਇਸ ਸੰਬੰਧੀ ਪਹਿਲਾਂ ਹੀ ਜਨਤਕ ਸੂਚਨਾ ਮਿਤੀ 7/6/2021 ਰਾਹੀਂ ਉਮੀਦਵਾਰਾਂ ਨੂੰ ਸੂਚਿਤ ਕੀਤਾ ਗਿਆ ਸੀ, ਠੀਕ ਹੈ। ਔਰ ਉਕਤ ਸੂਚੀ ਦੇ ਮੁਤਾਬਿਕ ਕਲਰਕ, ਲੀਗਲ ਕਲਰਕ ਜਿਹੜੇ ਸੀਗੇ, ਉਹਨਾਂ ਲੀਗਲ ਕਲਰਕਾਂ ਦਾ ਇਸ਼ਤਿਹਾਰ ਨੰਬਰ ਜੋ 3/2021 ਸੀਗਾ, ਦਿਨ ਐਤਵਾਰ ਹੋਏਗਾ 11 ਤਰੀਕ ਨੂੰ, 7ਵੇਂ ਮਹੀਨੇ ਦੀ ਪੇਪਰ ਹੋਣ ਜਾ ਰਿਹਾ। ਸਕੂਲ ਲਾਇਬ੍ਰੇਰੀਅਨ ਦਾ ਪੇਪਰ 18 ਤਰੀਕ ਨੂੰ ਹੋਣ ਜਾ ਰਿਹਾ, ਤਾਂ ਸਿੱਧੇ ਸਤਰ 'ਤੇ ਤੁਸੀਂ ਮੰਨੋਗੇ ਤਾਂ ਤੁਹਾਡੇ ਕੋਲ ਕਿਣੇ ਚੁਣੇ ਲਗਭਗ 25 ਦਿਨ ਤੋਂ 22-25 ਦਿਨ ਤੁਹਾਡੇ ਕੋਲ ਬਚਦੇ ਨੇ, ਠੀਕ ਹੈ। ਮੱਛੀ ਪਾਲਣ ਦੀ ਗੱਲ ਕਰਦੇ ਹਾਂ ਤਾਂ 25-7 ਤਰੀਕ ਨੂੰ ਪੇਪਰ ਹੋਏਗਾ, 25-7 ਨੂੰ ਪੇਪਰ ਹੋਏਗਾ, ਦਿਨ ਐਤਵਾਰ ਨੂੰ, ਠੀਕ ਹੈ। ਪਰ ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਸਾਂਝੀ ਕਰਨਾ ਚਾਹਾਂਗਾ। ਪਹਿਲਾਂ ਸੂਚਨਾਵਾਂ ਦੇ ਆਧਾਰ 'ਤੇ ਖਬਰਾਂ ਮਿਲ ਰਹੀਆਂ ਸੀਗੀਆਂ ਕਿ ਇਹਨਾਂ ਨੇ ਪੇਪਰ ਸਾਡੇ ਕੁਛ ਅਲੱਗ ਹੀ ਸ਼ੈਡੂਲ ਬਣਾਇਆ ਸੀਗਾ, ਪਰ 100 ਗੱਲਾਂ ਦੀ ਗੱਲ ਕਰੀਏ ਤਾਂ ਦੇਖੋ ਸਰਕਾਰੀ ਤੰਤਰ ਨੇ, ਸਰਕਾਰ ਨੇ ਆਪਣੇ ਹਿਸਾਬ ਨਾਲ ਲੈਣਾ, ਠੀਕ ਹੈ। ਸਰਕਾਰ ਆਪਣੇ ਮਤਲਬ ਭਾਂਡੇ ਡੁੱਲੇ ਪਏ, ਇਹਨਾਂ ਦੇ ਪਤੀਲੇ ਮੁੱਦੇ ਵੱਜੇ ਪਏ ਆ, ਉਸ ਹਿਸਾਬ ਨਾਲ ਕਰੀ ਜਾਂਦੀ ਹੈ, ਠੀਕ ਹੈ। ਪਰ ਜਿਵੇਂ ਹੁਣ ਆਪਾਂ ਦੇਖਾਂਗੇ ਤਾਂ ਬੜੀ ਹਾਸਿਆਸਪਦ ਗੱਲ ਹੈਗੀ ਹੈ ਕਿ ਜਿਹੜਾ ਇਹਨਾਂ ਨੇ ਹੁਣ ਐਕਸਾਈਜ਼ ਦਾ ਜਾ ਕੇ 1 ਮਹੀਨਾ ਲੇਟ ਸਿਲੇਬਸ ਜਾਰੀ ਕੀਤਾ ਹੈ, ਔਰ ਉਹ ਵੀ ਇਸ ਤਰੀਕੇ ਦਾ ਸਿਲੇਬਸ ਜਾਰੀ ਕੀਤਾ ਕਿ ਸਾਰਿਆਂ ਨੂੰ ਹੀ ਉਲਝਣਾ 'ਚ ਪਾਤਾ, ਸਾਰਿਆਂ ਦੇ ਮਤਲਬ ਗੱਡੇ ਮੁੱਦੇ ਵੱਜ ਗਏ। ਵੀ ਗੱਲ ਕਰਦੇ ਹਾਂ ਤਾਂ SSC CGL ਵੀ ਤਾਂ ਐਕਸਾਈਜ਼ ਭਰਤੀ ਕਰਦੀ ਹੈ ਨਾ ਹਰ ਸਾਲ, ਠੀਕ ਹੈ, ਇਨਕਮ ਟੈਕਸ ਭਰਤੀ ਕਰਦੀ ਹੈ। ਬਟ ਮਤਲਬ ਕੀ ਹੈ ਕਿ ਪੇਪਰ ਦੇ ਵਿੱਚ ਟ੍ਰੇਨਿੰਗ ਪੀਰੀਅਡ ਲੈਣਾ ਚਾਹੁੰਦੇ ਨੇ, ਤਾਂ ਸੋ ਦੈਟ ਪ੍ਰੋਬਲਮ ਇੱਥੇ ਕਰਤੀ ਵੀ ਜਿਹੜਾ ਬੰਦਾ ਪਿਛਲੇ ਸਾਲ ਭਰ ਤੋਂ ਪੜ੍ਹ ਰਿਹਾ ਸੀ ਉਹਦੀ ਪੜ੍ਹਾਈ ਇੱਕਦਮ ਉਥਲ ਪੁਥਲ ਹੋ ਗਿਆ ਬੰਦਾ ਸਾਰਾ ਜਣਾ, ਤਾਂ ਸੋ ਦੈਟ ਕੁਛ ਨਾ ਕੁਛ ਹੀ ਹੁੰਦਾ ਰਹਿੰਦਾ। ਸੋ ਚਲੋ ਫਿਰ ਵੀ ਜਾਣਕਾਰੀ ਸਾਡੇ ਤੱਕ ਸਾਂਝੀ ਆਈ ਹੈ। ਮੱਛੀ ਪਾਲਣ ਦਾ 25-7 ਨੂੰ ਹੈ, ਤਕਨੀਕੀ ਸਹਾਇਕ ਦਾ 21-8 ਨੂੰ ਪੇਪਰ ਲੈ ਰਿਹਾ, ਬਟ ਇਹਨਾਂ ਨੇ ਜਨਤਕ ਸੂਚਨਾ ਕਰਕੇ ਪਟਵਾਰੀ ਦੀ, ਜੋ ਕਿ ਸਾਡੀ 8 ਅਗਸਤ ਦਿੱਤੀ ਹੈ, ਮਾਫ਼ ਕਰਨਾ 7 ਅਤੇ 8 ਤਰੀਕ ਦਿੱਤੀ ਹੈ, ਉਹਦੀ ਕੋਈ ਸੂਚਨਾ ਇਹਦੇ 'ਚ ਨਹੀਂ ਹੈ। ਇਹ ਤੁਸੀਂ ਵੀ ਮੰਨੋਗੇ ਐਗਰੀ ਕਲੈਰੀਕਲ ਮਿਸਟੇਕ ਹੈ। ਕੋਵਿਡ-19 ਦੀਆਂ ਹਦਾਇਤਾਂ ਦੇ ਮੱਦੇਨਜ਼ਰ ਇਹਨਾਂ ਨੇ ਗਾਈਡਲਾਈਨਾਂ ਦੇ ਮੁਤਾਬਿਕ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਹੈ। ਇਹ ਸਾਡੇ ਤੱਕ SS ਬੋਰਡ ਦੇ ਦੁਆਰਾ ਜਾਰੀ ਕਰ ਦਿੱਤੀ ਗਈ ਹੈ ਸੂਚਨਾ। ਸੋ ਦੈਟ ਇਹ ਖਬਰ ਹੈਗੀ ਹੈ, ਬਹੁਤ ਇੰਪੋਰਟੈਂਟ ਖਬਰ ਹੈ, ਤੁਹਾਡੇ ਤੱਕ ਮੈਂ ਸਾਂਝ ਪਾ ਰਿਹਾ। ਸੋ ਦੈਟ ਹੁਣ ਤੁਸੀਂ ਸਭ ਤੋਂ ਪਹਿਲਾਂ ਕੀ ਕੰਮ ਕਰਨਾ ਹੈ, ਪੋਜ਼ਿਟਿਵ ਤਰੀਕੇ ਨਾਲ ਸਭ ਤੋਂ ਪਹਿਲਾਂ ਤਾਂ ਆਪਣੀ ਆਪਣੀ ਬੁੱਕਸ ਦੇ ਮੁਤਾਬਿਕ ਜਾਂ ਆਪਣੀ ਆਪਣੀ ਤਿਆਰੀ ਦੇ ਮੁਤਾਬਿਕ ਇਹ ਸੋਚੋ ਵੀ ਤੁਸੀਂ ਕਿੰਨਾ ਪੜ੍ਹ ਲਿਆ, ਕਰੈਕਟ। ਉਸ ਨੂੰ ਪੜ੍ਹਨ ਦੇ ਵਿੱਚ ਇੱਕ ਆਪਣਾ ਟਾਰਗੇਟ ਬਣਾ ਲਓ ਕਿ ਮੈਨੇ 24 ਘੰਟੇ, 48 ਘੰਟਿਆਂ ਦੇ ਵਿੱਚ ਜਾਂ ਮੈਂ 56 ਘੰਟਿਆਂ ਦੇ ਵਿੱਚ ਜਾਂ 60 ਘੰਟਿਆਂ 'ਚ ਮੈਂ ਰਿਵੀਜ਼ਨ ਕਰਨਾ ਹੈ, ਉਹਦਾ ਰਿਵੀਜ਼ਨ ਕਰ ਲਓ। ਫਿਰ ਉਸ ਤੋਂ ਬਾਅਦ ਤੁਹਾਨੂੰ ਜੋ ਲੱਗਦਾ ਨਾ ਕਿ ਮੇਰੀ ਇਸ ਸਬਜੈਕਟ 'ਤੇ ਕਮੀ ਹੈ, ਤਾਂ ਉਹਦੇ ਲਈ 7 ਦਿਨ ਸਪੈਸ਼ਲ ਦਿਓ, ਉਹੀ ਸਬਜੈਕਟ ਪੜ੍ਹੋ। ਇੱਦਾਂ ਕਰਕੇ ਤੁਸੀਂ ਆਪਣਾ ਇੱਕ ਟਾਰਗੇਟ ਬਣਾ ਲਓ, ਰੋਜ਼ਾਨਾ ਦਾ ਟਾਰਗੇਟ ਸੈਟਅਪ ਕਰ ਲਓ ਵੀ ਮੈਂ ਰੋਜ਼ਾਨਾ ਦੇ ਟਾਰਗੇਟ 'ਚ ਮੈਥ ਕਿੰਨਾ ਪੜ੍ਹਨਾ, ਰੀਜਨਿੰਗ ਕਿੰਨੀ ਪੜ੍ਹਨੀ, ਇੰਗਲਿਸ਼ ਕਿੰਨੀ ਪੜ੍ਹਨੀ ਹੈ, ਪੰਜਾਬੀ ਕਿੰਨੀ ਪੜ੍ਹਨੀ, ਪੰਜਾਬ ਜੀ ਕੇ ਕਿੰਨਾ ਪੜ੍ਹਨਾ ਹੈ, ਲਾਇਬ੍ਰੇਰੀ ਕਿੰਨਾ ਪੜ੍ਹਨਾ। ਸੋ ਦੈਟ ਇਹ ਹੈ। ਜੇ ਗੱਲ ਕਰੀਏ ਪੜ੍ਹਨ ਦੇ ਵਿੱਚ ਹੈ, ਪੜ੍ਹਨ ਦੇ ਵਿੱਚ ਬਹੁਤ ਸਾਰੀਆਂ ਤੁਸੀਂ ਗਾਈਡਸ ਪੜ੍ਹ ਸਕਦੇ ਹੋ, ਜਿਵੇਂ ਕਿ ਆਪਾਂ ਹੁਣ ਸਟੂਡੈਂਟ ਕੀ ਕਰਦਾ, 9ਵੀਂ 10ਵੀਂ ਦੀ ਬੁੱਕਸ ਪੜ੍ਹ ਰਿਹਾ, ਕੋਈ 11ਵੀਂ ਦੀ ਪੜ੍ਹ ਰਿਹਾ, ਕੋਈ 12ਵੀਂ ਦੀ ਪੜ੍ਹ ਰਿਹਾ। ਰੈਦਰ ਦੈਨ ਕਿ ਇੱਕ ਸਮਾਰਟ ਵਰਕ ਦੇ ਜ਼ਰੀਏ ਆਪਾਂ ਸਟੱਡੀ ਕਰਾਂਗੇ ਤਾਂ ਸਾਡਾ ਵਰਕ ਸ਼ਾਇਦ ਹੋਰ ਵੀ ਆਸਾਨ ਔਰ ਜ਼ਿਆਦਾ ਪਿਓਰਿਟੀ ਨਾਲ ਹੋ ਸਕਦਾ ਹੈ। ਸੋ ਪਲੈਨਿੰਗ ਇਹ ਬਣਾਓ ਕਿ ਸਾਡਾ ਜਿੰਨਾ ਅਸੀਂ ਸਿਲੇਬਸ ਪੜ੍ਹ ਰਹੇ ਹਾਂ ਕਿ ਉਹ ਸਾਡੇ ਲਈ ਇੰਪੋਰਟੈਂਟ ਹੈ ਵੀ ਕਿ ਨਹੀਂ ਹੈ।
ਉਹਦੇ ਮੁਤਾਬਿਕ ਤੁਸੀਂ ਐਮ ਸੀ ਕਿਊ ਡਿਸਕਸ਼ਨ ਕਰੋ, ਚੈਪਟਰ ਜਿੰਨੇ ਸਾਨੂੰ ਦਿੱਤੇ ਆ ਉਹ ਤੁਸੀਂ ਕਰ ਲਓ, ਬਾਕੀ ਦੀ ਜਾਣਕਾਰੀ ਤੁਹਾਡੇ ਤੱਕ ਲੈ ਕੇ ਅਸੀਂ ਅੱਗੇ ਟਾਈਮ ਟੂ ਟਾਈਮ ਪਹੁੰਚਦੇ ਰਵਾਂਗੇ। ਸੋ ਦੈਟ ਫਿਲਹਾਲ ਦੀ ਜਾਣਕਾਰੀ ਦੇ ਮੁਤਾਬਿਕ ਇਹ ਡੇਟ ਦਿੱਤੀ ਗਈ ਹੈ, ਇਸ ਡੇਟ ਦਾ ਸਕਰੀਨਸ਼ੋਟ ਲੈ ਕੇ ਆਪਣੇ ਮੋਬਾਈਲ ਦੀ ਸਕਰੀਨ 'ਤੇ ਲਾ ਲਓ ਤਾਂ ਕਿ ਤੁਹਾਨੂੰ ਇਹ ਡੇਟ ਦਿਖਦੀ ਰਹੇ ਅਤੇ ਤੁਹਾਡੀ ਤਿਆਰੀ ਇਹਦੇ ਮੁਤਾਬਿਕ ਚੱਲਦੀ ਰਹੇ। ਰਾਈਟ, ਤੁਹਾਡੇ ਬ੍ਰਾਈਟ ਫਿਊਚਰ ਦੇ ਲਈ ਅਸੀਂ ਹਮੇਸ਼ਾ ਖੜ੍ਹੇ ਹਾਂ। ਕੋਈ ਵੀ ਸਟੂਡੈਂਟ ਇਸ ਵਕਤ ਪ੍ਰਿਪਰੇਸ਼ਨ ਕਰ ਰਿਹਾ, ਗਿਲਸ ਮੈਂਟਰ ਦੀ ਐਪ ਡਾਊਨਲੋਡ ਕਰਕੇ ਫ੍ਰੀ ਦੇ ਵਿੱਚ ਪੁਲਿਸ ਬੈਚ ਜੁਆਇਨ ਕਰ ਸਕਦਾ ਹੈ, ਫ੍ਰੀ 'ਚ ਟੈਸਰੀ ਜੁਆਇਨ ਕਰ ਸਕਦਾ ਹੈ ਤਾਂ ਕਿ ਤੁਹਾਨੂੰ ਅੱਛੇ ਤਰੀਕੇ ਨਾਲ ਪੜ੍ਹਾ ਸਕੀਏ ਔਰ ਤੁਹਾਨੂੰ ਅੱਛੇ ਨਿਪੁੰਨ ਬਣਾ ਸਕੀਏ। ਰਾਈਟ, ਕਈ ਵਾਰੀ ਕੀ ਹੁੰਦਾ ਕਿ ਕੁਛ ਇੰਸਟੀਟਿਊਟ ਵਾਲੇ ਪਰਸਨਲ ਕਮੈਂਟਸ ਕਰਦੇ ਨੇ, ਲਾਈਕ ਮੈਨੂੰ ਨਹੀਂ ਪਤਾ ਕਿ ਮੈਂ ਨਹੀਂ ਉਸ ਚੀਜ਼ ਨੂੰ ਬੁਰਾ ਮੰਨਦਾ ਕਿ ਕਈ ਇੰਸਟੀਟਿਊਟ ਐਸੇ ਆ ਲਾਈਕ ਜੋ 5-5, 7-7 ਸੌ 'ਚ ਕੋਰਸ ਦਿੰਦੇ। ਆਈ ਡੋਂਟ ਥਿੰਕ, ਦੇਖੋ ਜੀ, ਬੈਟਰ ਇਹ ਹੁੰਦਾ ਕਿ ਹਰ ਟੀਚਰ ਆਪਣੇ ਮੁਤਾਬਿਕ ਬੈਸਟ ਕਰਦਾ, ਸੋ ਡੋਂਟ ਥਿੰਕ ਐਸਾ।